ਸਰਬੱਤ ਖਾਲਸਾ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਬੁੱਧਵਾਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਦੋ ਪਿੰਡ ਜੱਲਾਂ ਅਤੇ ਤਰਖਾਣ ਮਾਜਰਾ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ। ਉਹਨਾਂ ਕਿਹਾ ਕਿ ਘਟਨਾ ਤੇ ਦੁੱਖ ਜ਼ਾਹਰ ਕਰਦੇ ਹੋਏ ਇਸ ਨੂੰ ਨਿੰਦਣਯੋਗ ਦੱਸਿਆ। ਜਥੇਦਾਰ ਮੰਡ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਇੱਕ ਸਾਜ਼ਿਸ਼ ਦਾ ਹਿੱਸਾ ਹਨ ਜਿਸਦਾ ਮਕਸਦ ਕਿਸਾਨ ਅੰਦੋਲਨ ਨੂੰ ਅਸਫਲ ਕਰਨਾ ਹੈ। ਸਰਕਾਰਾਂ ਤੇ ਸਵਾਲ ਖੜੇ ਕਰਦੇ ਹੋਏ ਉਹਨਾਂ ਕਿਹਾ ਕਿ ਸਰਕਾਰਾਂ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀਆਂ ਹਨ। ਉਹਨਾਂ ਦੋਸ਼ ਲਾਏ ਕਿ ਅਜਿਹੀਆਂ ਘਟਨਾਵਾਂ ਪਿੱਛੇ ਅਜਿਹੀਆਂ ਏਜੰਸੀਆਂ ਦਾ ਹੱਥ ਹੈ ਜਿਨ੍ਹਾਂ ਨੂੰ ਸਰਕਾਰ ਦੀ ਸ਼ੈ ਹੈ। ਮੰਦਭਾਗੀ ਇਹ ਘਟਨਾ ਵਾਪਰੀ ਹੈ ਪਰ ਅਸੀਂ ਸਮਝਦੇ ਹਾਂ ਕਿ ਪਹਿਲਾਂ ਬਾਦਲ ਦੇ ਰਾਜ ਦੇ ਵਿੱਚ ਬੇਅਦਬੀ ਹੋਈ, ਇਨਸਾਫ਼ ਨਹੀਂ ਮਿਲੇ। ਅਮਰਿੰਦਰ ਸਿੰਘ ਨੇ ਗੁਟਕਾ ਫੜ ਕੇ ਸਹੁੰ ਖਾਧੀ, ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ, ਉਹਦੀ ਸਰਕਾਰ ਸਮਾਪਤੀ ਵੱਲ ਜਾ ਰਹੀ ਹੈ। ਉਹੀ ਬੇਅਦਬੀਆਂ ਦਾ ਦੌਰ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਚੱਲ ਰਿਹਾ। ਇਹ ਏਜੰਸੀਆਂ ਦਾ ਇਹਦੇ ਪਿੱਛੇ ਪੂਰਾ ਹੱਥ ਆ ਔਰ ਸਰਕਾਰਾਂ ਜਿਹੜੀਆਂ ਨੇ ਉਹ ਦੋਸ਼ੀ ਨੂੰ ਬਚਾਉਂਦੀਆਂ ਨੇ। ਸਰਕਾਰਾਂ ਏਜੰਸੀਆਂ ਬੇਅਦਬੀ ਕਰਾਉਂਦੀਆਂ ਨੇ, ਸਰਕਾਰਾਂ ਦੋਸ਼ੀ ਨੂੰ ਬਚਾਉਂਦੀਆਂ ਨੇ। ਬਾਦਲ ਨੇ ਦੋਸ਼ੀ ਬਚਾਏ, ਅਮਰਿੰਦਰ ਸਿੰਘ ਨੇ ਬਾਦਲ ਬਚਾਏ, ਅਮਰਿੰਦਰ ਸਿੰਘ ਨੇ ਸੈਣੀ ਵਰਗੇ ਜਿਹੜੇ ਨੇ ਜਿਨ੍ਹਾਂ 'ਤੇ ਵਾਅਦਾ ਗਵਾਹ ਵੀ ਆ ਗਏ ਸਾਹਮਣੇ। ਸੈਂਟਰ ਦੀ ਸਰਕਾਰ ਨੇ, ਬੀ ਜੇ ਪੀ ਨੇ, ਏਜੰਸੀਆਂ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਔਰ ਅਮਰਿੰਦਰ ਸਿੰਘ ਹੁਣਾਂ ਨੇ ਸੈਣੀ ਨੂੰ ਬਚਾਇਆ। ਸਾਰੇ ਕਹਿੰਦੇ ਸੀ ਅੱਜ ਫੜਿਆ ਗਿਆ, ਅੱਜ ਫੜਿਆ ਗਿਆ, ਟੁੱਟਦਾ ਪੁਲ ਕਦੋਂ ਡਿੱਗਦਾ, ਪਰ ਨਹੀਂ ਡਿੱਗਿਆ। ਇਹ ਦੋਸ਼ੀ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਅੱਜ ਤੱਕ ਬਹੁਤੇ ਫੜੇ ਗਏ ਔਰ ਫੜੇ ਗਏ ਅਤੇ ਉਹਨਾਂ ਨੂੰ ਕੁਛ ਨਹੀਂ ਹੋਇਆ, ਕਾਨੂੰਨ ਨੇ ਕੁਛ ਨਹੀਂ ਕਿਹਾ। ਕੋਈ ਸਿੱਖਾਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਬੇਅਦਬੀ ਦੇ ਪਿੱਛੇ ਹੱਥ ਕਿਹਦਾ। ਆਹ ਵੀ ਜਿਹੜੀ ਬੇਅਦਬੀ ਹੈ ਨਾ, ਇਹ ਬੜੀ ਸਾਜ਼ਿਸ਼ ਦੇ ਨਾਲ ਬੇਅਦਬੀ ਕਰਾਈ ਗਈ ਹੈ, ਕਿਉਂਕਿ ਕਿਸਾਨਾਂ ਨੇ ਰੇਲਵੇ ਅਤੇ ਸੜਕਾਂ ਸਭ ਰੋਕੀਆਂ ਹੋਈਆਂ, ਅੰਦੋਲਨ ਚੱਲ ਰਿਹਾ ਬਹੁਤ ਵੱਡਾ। ਉਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਜਾਂ ਉਸ ਅੰਦੋਲਨ ਨੂੰ ਤਾਰ ਪੀਟੋ ਕਰਨ ਵਾਸਤੇ ਅੱਜ ਫਿਰ ਬੇਅਦਬੀਆਂ, ਬੜੀ ਸਾਜ਼ਿਸ਼ ਦੇ ਨਾਲ। ਇਹ ਬੰਦਾ ਐਡਾ ਟ੍ਰੇਨਡ ਹੈ ਕਿ ਇਹ ਉਸ ਜਗ੍ਹਾ ਦੇ ਉੱਤੇ ਬੇਅਦਬੀਆਂ ਕਰਦਾ ਜਿਹੜੇ ਗੁਰਦੁਆਰੇ ਸੜਕ ਦੇ ਉੱਤੇ ਨੇ। ਬਿਲਕੁਲ, ਗੱਡੀ ਉਹ ਆਪਦੀ ਸਟਾਰਟ ਰੱਖਦਾ ਹੈ ਅਤੇ 2 ਮਿੰਟ ਜਾ ਕੇ ਗੁਰਦੁਆਰਾ 'ਚ ਬੇਅਦਬੀ ਕਰਕੇ ਅਤੇ ਗੇਅਰ ਲਾ ਕੇ ਉਹ ਅੱਗੇ ਚਲੇ ਜਾਂਦਾ। ਇਹ ਜਾਣਬੁੱਝ ਕੇ ਹੋ ਰਿਹਾ, ਬੰਦਾ ਫੜਿਆ ਗਿਆ। ਜੇ ਸਿੱਖ ਉਹਨੂੰ ਦੋਸ਼ੀ ਨੂੰ ਫੜ ਕੇ ਸਜ਼ਾ ਦੇ ਦਿੰਦੇ ਜਾਂ ਮਾਰ ਦਿੰਦੇ, ਫਿਰ ਕਹਿੰਦੇ ਇਹਨਾਂ ਨੇ ਕਾਨੂੰਨ ਹੱਥ 'ਚ ਲਿਆ, ਪਰ ਹੁਣ ਕਾਨੂੰਨ ਦੇ ਹੱਥ ਵਿੱਚ ਆ। ਅਸੀਂ ਪੰਜਾਬ ਦੀ ਸਰਕਾਰ ਨੂੰ ਅਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਦੋਸ਼ੀ ਫੜਿਆ ਗਿਆ। ਉਹ ਵੀ ਗ੍ਰੰਥੀ ਨੇ ਕਿ ਉਹਦੇ ਕਾਕੇ ਨੇ ਜਿਹੜੀ ਹਿੰਮਤ ਕੀਤੀ ਅਤੇ ਨਗਰ ਨਿਵਾਸੀਆਂ ਨੇ ਜਿਹੜੀ ਹਿੰਮਤ ਕੀਤੀ ਹੈ ਤਾਂ ਫੜਿਆ ਗਿਆ। ਪੁਲਿਸ ਤਾਂ ਬਹੁਤ ਚਿਰ ਬਾਅਦ ਵਿੱਚ ਆਈ ਹੈ, ਫੜਿਆ ਜ਼ਰੂਰ ਗਿਆ ਹੈ ਨਾ, ਪਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਭੇਜਿਆ ਕਿੰਨੇ ਆ, ਸਾਨੂੰ ਇਹ ਦੱਸੋ। ਚੋਰ ਨਹੀਂ, ਚੋਰ ਦੀ ਮਾਂ ਨੂੰ ਮਾਰਨਾ ਬਹੁਤ ਜ਼ਰੂਰੀ ਆ। ਇਹਨੂੰ ਭੇਜਿਆ ਕਿੰਨੇ, ਇਹਨੂੰ ਤਿਆਰ ਕਿੰਨੇ ਕੀਤਾ, ਇਹਨੂੰ ਕਿੰਨੇ ਪੈਸੇ ਦੇ ਕੇ ਭੇਜਿਆ ਜਾਂ ਕਿਵੇਂ ਭੇਜਿਆ, ਇਹ ਜਿਹੜਾ ਸੱਚ ਆ ਇਹ ਸੰਗਤ ਦੇ ਸਾਹਮਣੇ ਲਿਆਓ, ਇਹ ਅਸੀਂ ਕਹਿੰਦੇ। ਹਾਂ, ਇਹ ਮੋਰਚਿਆਂ ਵਿੱਚ ਵੀ ਜਿਹੜੇ ਸ਼ੰਭੂ ਬਾਰਡਰ 'ਤੇ ਮੋਰਚਾ ਲੱਗਾ, ਹੋਰ ਕਈਆਂ ਥਾਵਾਂ 'ਤੇ ਮੋਰਚੇ ਲੱਗੇ, ਇਹ ਉੱਥੇ ਵੀ ਜਾਂਦਾ ਸੀ, ਇਹ CID ਲੈਂਦਾ ਸੀ, ਕੀ ਸਾਰੇ ਹਾਲਾਤ ਵੇਖਦਾ ਸੀ, ਫਿਰ ਇੱਕਦਮ ਇਹਨੇ ਇਹ ਕਾਰਵਾਈ ਕੀਤੀ। ਅਗਰ ਇੱਥੇ ਨਾ ਫੜਿਆ ਜਾਂਦਾ, ਹੋ ਸਕਦਾ ਜਿਹੜੇ ਸੜਕ 'ਤੇ ਹੋਰ ਕਿੰਨੇ ਗੁਰਦੁਆਰੇ ਆਉਂਦੇ, ਕਿੰਨੇ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਦਾ। ਪ੍ਰਸ਼ਾਸਨ ਕੀ ਸੋਚਦਾ, ਪ੍ਰਸ਼ਾਸਨ ਇਹਨੂੰ ਇੰਨੀ ਢਿੱਲ ਕਿਉਂ ਦਿੱਤੀ ਹੋਈ ਹੈ? ਹੁਣ ਨੂੰ ਤਾਂ ਇਹ ਸਪਸ਼ਟ ਕਰ ਦੇਣਾ ਚਾਹੀਦਾ ਸੀ ਕਿ ਇਸ ਨੂੰ ਇਸ ਏਜੰਸੀ ਨੇ ਜਾਂ ਇਸ ਬੰਦੇ ਨੇ ਤਿਆਰ ਕਰਕੇ ਭੇਜਿਆ। ਨਿਊਜ਼ ਡੈਸਕ ਤੋਂ ਦੀਕਸ਼ਾ ਦੇ ਨਾਲ ਬਿਊਰੋ ਰਿਪੋਰਟ, ਵੌਇਸ ਆਫ ਪੰਜਾਬ, ਫਤਿਹਗੜ੍ਹ ਸਾਹਿਬ।